ਅਸਲਾਮੁਅਲੈਕੁਮ ਜੀ। ਹੋਰ ਭਾਈ ਜੀ ਠੀਕ ਠਾਕ ਹੋ? ਅਤੇ ਆਪਣੇ ਭਰਾ ਨੇ ਅਤੇ ਇਹਨਾਂ ਨੂੰ ਤੁਸੀਂ ਨੈੱਟ 'ਤੇ ਨਵਾਂ ਨਵਾਂ ਇਹਨਾਂ ਵੀਡੀਓ ਲਾਈਆਂ ਨੇ ਦੋ ਚਾਰ, ਅਤੇ ਤੁਸੀਂ ਜਾਣਦੇ ਹੀ ਹੋਵੋਗੇ। ਆਪਣਾ ਤਾਰਕ ਬਾਠ ਸਾਹਿਬ ਦਾ ਇਹਨਾਂ ਦਾ ਨਾਂ ਹੈ ਅਤੇ ਔਰ ਲਾਹੌਰ ਨਾਲ ਤਲਕ ਹੈ। ਲਾਹੌਰ ਉਹ ਸ਼ਹਿਰ ਜਿਹਨੂੰ ਕਿਹਾ ਜਾਂਦਾ ਜ਼ਿੰਦਾ ਦਿਲਾਂ ਦਾ ਸ਼ਹਿਰ, ਔਰ ਉੱਥੇ ਦੇ ਲੋਕ ਵੀ ਬਹੁਤ ਅੱਛੇ ਨੇ। ਔਰ ਫੇਸਬੁੱਕ 'ਤੇ ਤਾਰਕ ਮੁਨੱਵਰ ਦੇ ਨਾਂ 'ਤੇ ਇਹਨਾਂ ਦੀ ਆਈ ਡੀ ਹੈ। ਅਤੇ ਪਰ ਉਹਨਾਂ ਨੇ ਮੇਰੇ ਨਾਲ ਸਵਾਲ ਕੀਤਾ ਕਿ ਜਿਹੜੀ ਅੱਖ ਹੈ ਉਹ ਦੱਸੋ ਵੀ ਕਿਵੇਂ ਦੀ ਹੋਣੀ ਚਾਹੀਦੀ ਹੈ। ਅਤੇ ਉਹਦੇ ਮਤਲਬ ਕਿ ਜਿੰਨਾ ਕੁ ਮੈਨੂੰ ਇਲਮ ਹੈ, ਮੈਂ ਨਹੀਂ ਕਹਿੰਦਾ ਕਿ ਮੈਨੂੰ 100% ਹੀ ਇਲਮ ਹੈ, ਲੇਕਿਨ ਜਿੰਨਾ ਮੇਰੇ ਕੋਲ ਇਲਮ ਹੈ ਮੈਂ ਉਹਦੇ ਹਿਸਾਬ ਨਾਲ ਅੱਗੇ ਵੀ ਇੱਕ ਦੋ ਵੀਡੀਓ 'ਚ ਦੱਸਿਆ। ਅਤੇ ਚਲੋ ਇਸ ਵੀਡੀਓ 'ਚ ਫਿਰ ਥੋੜ੍ਹਾ ਜਿਹਾ ਜ਼ਿਕਰ ਕਰ ਲੈਂਦੇ ਹਾਂ ਕਿ ਅੱਖ ਜਿਹੜੀ ਹੁੰਦੀ ਹੈ ਅੱਖਾਂ ਦੇ ਬੇਸ਼ੁਮਾਰ ਕਲਰ, ਇਲਾਕੇ ਦੇ ਹਿਸਾਬ ਨਾਲ ਕਲਰ ਨੇ, ਨਸਲਾਂ ਦੇ ਹਿਸਾਬ ਨਾਲ ਕਲਰ ਨੇ, ਮੁਖਤਲਫ ਬਲੱਡ ਦੇ ਹਿਸਾਬ ਨਾਲ ਉਹਨਾਂ ਦੇ ਕਲਰ ਨੇ, ਮਾਹੌਲ ਦੇ ਨਾਲ ਆਬੋ ਹਵਾ ਦੇ ਨਾਲ ਕਲਰਾਂ 'ਚ ਫਰਕ ਆਉਂਦਾ। ਇੱਕ ਜਾਨਵਰ ਮੀਆਂ ਵਾਲੀ ਜੋ ਤੁਸੀਂ ਸਿੰਧ ਲੈ ਜਾਂਦੇ ਹੋ, ਕਲਰ 'ਚ ਅੱਖ 'ਚ ਫਰਕ ਕਰ ਜਾਏਗਾ, ਉਹ ਜਿਹੜੇ ਬੱਚੇ ਨਿਕਲਣਗੇ ਜਾਂ ਦੂਸਰੇ ਮੁਲਕਾਂ 'ਚ ਲੈ ਜਾਓਗੇ ਤਾਂ ਫਰਕ ਆਏਗਾ, ਜਾਂ ਉਸੇ ਜਗ੍ਹਾ 'ਤੇ ਤੁਸੀਂ ਰੱਖ ਕੇ ਉਹਨਾਂ ਨੂੰ ਸਾਏ 'ਚ ਪਾਲੋਗੇ ਤਾਂ ਅੱਖਾਂ 'ਚ ਕਲਰ 'ਚ ਫਰਕ ਆ ਜਾਏਗਾ। ਜਿਹੜੀ ਅੱਖ ਹੈ ਉਹਦਾ ਜਿਹੜਾ ਕਾਲਾ ਨਿਸ਼ਾਨ ਹੈ ਅੰਦਰ, ਕਾਲਾ ਛੋਟਾ ਟਿੱਕਾ ਹੁੰਦਾ, ਉਹ ਬਰੀਕ ਹੋਏ ਤਾਂ ਜ਼ਿਆਦਾ ਬਿਹਤਰ ਹੈ, ਲੇਕਿਨ ਇਹ ਨਹੀਂ ਕਿ ਜਿਹਦਾ ਮੋਟਾ ਉਹ ਅੱਛਾ ਨਹੀਂ, ਉਹ ਵੀ ਅੱਛਾ, ਲੇਕਿਨ ਬਰੀਕ ਹੋਏ ਥੋੜ੍ਹਾ ਜ਼ਿਆਦਾ ਬਿਹਤਰ ਰਹੇਗਾ। ਉਹਦੇ ਦੇ ਬਾਹਰ ਕਾਲਾ ਦਾਇਰਾ ਆਉਂਦਾ, ਹਰ ਜਾਨਵਰ ਨੂੰ ਦਾਇਰਾ ਹੁੰਦਾ, ਕੁਛ ਦਾ ਦਾਇਰਾ ਪਿੱਛੇ ਚਲਾ ਜਾਂਦਾ, ਅੱਖ ਜਿਹੜੀ ਹੈ ਨਾ ਬੰਡੇ ਦੀ ਸ਼ਕਲ 'ਚ ਉਭਰ ਜਾਂਦੀ ਹੈ, ਉਹਨਾਂ ਦੇ ਦਾਇਰੇ ਘੱਟ ਹੁੰਦੇ ਨੇ, ਅੱਖ ਬਾਹਰ ਆਉਂਦੀ ਹੈ। ਕਈਆਂ ਦੀ ਅੱਖ ਜਿਹੜੀ ਹੈ ਨਾ ਉਹ ਬਾਹਰ ਨਹੀਂ ਆਉਂਦਾ। ਉਹ ਮੇਰੇ ਕੋਲ ਇਸ ਤਰ੍ਹਾਂ ਕੋਈ ਚੀਜ਼ ਨਹੀਂ ਆਇਆ, ਮੈਂ ਤੁਹਾਨੂੰ ਸਮਝਾਵਾਂ ਕਿ ਅੱਖ ਜਿਹੜੀ ਹੈ ਨਾ ਉਹ ਇਸ ਤਰ੍ਹਾਂ ਜਿਹੜਾ ਨਾ ਉਬਾਰ ਆਉਂਦਾ, ਕਈਆਂ ਦਾ ਜ਼ਿਆਦਾ ਹੁੰਦਾ ਤਾਂ ਅੱਖ ਬਾਹਰ ਆ ਜਾਂਦੀ ਹੈ, ਕਈਆਂ ਦਾ ਉਬਾਰ ਘੱਟ ਹੁੰਦਾ ਅਤੇ ਅੱਖ ਅੰਦਰ ਹੁੰਦੀ ਹੈ, ਤਾਂ ਉਹਨਾਂ ਦਾ ਕਾਲਾ ਦਾਇਰਾ ਜ਼ਿਆਦਾ ਨਜ਼ਰ ਆਉਂਦਾ। ਅਗਰ ਕਾਲੇ ਦਾਇਰੇ ਦੇ ਨਾਲ ਗ੍ਰੇ ਜਾਂ ਹਲਕਾ ਬਲੈਕ, ਜਾਂ ਤੁਸੀਂ ਕਹਿ ਸਕਦੇ ਹੋ ਕਿ ਥੋੜ੍ਹਾ ਫਰਕ 'ਚ ਆਉਂਦਾ, ਦਾਇਰਾ ਡਬਲ ਹੋ ਜਾਂਦਾ, ਉਹ ਵੀ ਅੱਖ ਅੱਛੀ ਹੈ। ਇੱਕ ਦਾਇਰੇ ਨਾਲੋਂ ਡਬਲ ਦਾਇਰਾ ਜ਼ਿਆਦਾ ਅੱਛਾ ਹੈ। ਅਗਰ ਦਾਇਰੇ ਦੇ ਉੱਤੇ ਹਲਕੀ ਇਸ ਤਰ੍ਹਾਂ ਕੱਟ ਆਉਣਗੇ, ਹਲਕੀਆਂ ਲੈਣਾ ਆਉਣ, ਬਹੁਤ ਹਲਕੀਆਂ ਹੁੰਦੀਆਂ ਨੇ, ਉਸ ਤੋਂ ਵੀ ਬਿਹਤਰ ਹੈ। ਲੇਕਿਨ ਜਿਹੜੀਆਂ ਅੱਖਾਂ ਅੱਛੀਆਂ ਨਹੀਂ, ਉਹਨਾਂ ਦੇ ਮੁਤਾਲਕ ਤੁਹਾਨੂੰ ਮੈਂ ਦੱਸਣਾ ਕਿ ਇੱਕ ਅੱਖ ਹੁੰਦੀ ਹੈ ਉਹਦਾ ਸੁਰਖ ਡੋਰੇ, ਹਰ ਅੱਖ 'ਚ ਹੁੰਦੇ ਨੇ, ਲੇਕਿਨ ਕੁਛ ਐਸੀਆਂ ਹੁੰਦੀਆਂ ਨੇ ਕਿ ਸੁਰਖ ਡੋਰੇ ਆ ਕੇ ਕਾਲੇ ਜਿਹੜਾ ਟਿੱਕਾ ਹੁੰਦਾ ਉਹਦੇ ਅੰਦਰ ਦਾਖਲ ਹੁੰਦੀਆਂ ਨੇ, ਉਹ ਨਹੀਂ ਅੱਛੀਆਂ ਅੱਖਾਂ। ਔਰ ਜਾਂ ਤੁਸੀਂ ਗੌਰ ਕਰੋ ਅਤੇ ਇੱਕ ਅੱਖ ਹੋਏਗੀ ਉਹਦੇ ਵਿੱਚ, ਇਸ ਤਰ੍ਹਾਂ ਗੌਰ ਨਾਲ ਵੇਖੋਗੇ ਤਾਂ ਤੁਹਾਨੂੰ ਉਹਦੇ 'ਚ ਪਾਣੀ ਛਲਕਦਾ ਨਜ਼ਰ ਆਏਗਾ। ਹੁਣ ਉਹਨੂੰ ਵੇਖਣ ਵਾਸਤੇ ਅਤੇ ਫਿਰ ਤੁਹਾਡੀ ਵੀ ਅੱਖ ਹੀ ਹੋਏਗੀ, ਤਾਂ ਫਿਰ ਹੀ ਉਹ ਪਾਣੀ ਛਲਕਦਾ ਨਜ਼ਰ ਆਏਗਾ। ਉਹਨਾਂ ਜਿਵੇਂ ਉਹ ਜਿਵੇਂ ਉਹ ਮੁਹੱਬਤੇ ਫਿਲਮ 'ਚ ਸ਼ਾਹਰੁਖ ਖਾਨ ਅਮਿਤਾਭ ਬੱਚਨ ਬਣਦਾ ਕਿ ਜਹਾਂ ਸੇ ਮੈਂ ਦੇਖ ਰਿਹਾ ਹਾਂ ਮੁਝੇ ਲੱਗਦਾ ਤੂੰ ਮਾਰ ਗਏ, ਵੈਸੇ ਨਹੀਂ ਕਿ ਉਹ ਤੂੰ ਉਹਦੀ ਅੱਖ ਜਿਹੜੀ ਨਾ ਹੁਣ ਜੇ ਤੂੰ ਉਹਦੀ ਅੱਖ ਕੰਮ ਕਰਦੀ ਸੀ ਅਮਿਤਾਭ ਬੱਚਨ ਦੀ, ਉਹ ਤੇ ਅੱਖ ਨਹੀਂ ਸੀ ਕੰਮ ਕਰਦੀ। ਮਿਸਾਲ ਹੈ, ਇੱਕ ਮਿਸਾਲ ਤੁਹਾਨੂੰ ਹੋਰ ਦਿੰਦਾ ਮੈਂ, ਸਾਡੇ ਇਲਾਕੇ 'ਚ ਇੱਕ ਡਾਕਟਰ ਹੈ ਅਬਰਾਜ ਸ਼ਾਹ ਦਾ ਬੇਟਾ, ਔਰ ਜਾਨਵਰਾਂ ਦਾ ਡਾਕਟਰ ਹੈ, ਲੇਕਿਨ ਸਾਡੇ ਪਿੰਡਾਂ ਦੇ ਜਿਹੜੇ ਲੋਕ ਨੇ ਉਹਨਾਂ ਨਾਲ ਬਹੁਤ ਪੁਰਾਣਾ ਤਾਲਕ ਰਿਹਾ, ਉਹਨਾਂ ਦੇ ਵਾਲਿਆਂ ਨਾਲ ਅਤੇ ਅੱਗੋਂ ਬੇਟੇ ਨਾਲ ਵੀ, ਉਹ ਲੋਕ ਉਹਨਾਂ ਕੋਲ ਚਲੇ ਜਾਂਦੇ ਨੇ ਮਸ਼ਵਰਾ ਕਰਨ ਲਈ। ਉਹ ਬਾਅਦ ਦਫ਼ਾ ਉਹ ਦਵਾਈ ਵੀ ਦੇ ਦਿੰਦਾ, ਇਨਸਾਨਾਂ ਨੂੰ ਵੀ ਦਵਾਈ ਦਿੰਦਾ, ਲੇਕਿਨ ਜਾਨਵਰਾਂ ਦਾ ਬਹੁਤ ਸਿਆਣਾ। ਮੇਰਾ ਇੱਕ ਦੋਸਤ ਸੀ, ਉਹਦੇ ਕੋਲ ਲੈ ਕੇ ਚਲਾ ਗਿਆ ਆਪਣੇ ਬੇਟੇ ਨੂੰ, ਉਹਨੇ ਕਿਹਾ ਸ਼ਾਈਆ ਵੇਖਿਆ ਜੀ, ਉਹਨੇ ਵੇਖ ਕੇ ਉਹਨੇ ਕਿਹਾ ਜਾਂ ਚਾਈਲਡ ਸਪੈਸ਼ਲਿਸਟ ਉਹਦੇ ਕੋਲ ਲਾਈ ਆ, ਉਹ ਜਿਹੜੀ ਦਵਾਈ ਦੇਗਾ ਮੈਨੂੰ ਵਹਾ ਕੇ ਜਾਣੀ। ਉਹ ਦਵਾਈ ਲੈ ਕੇ ਆਇਆ ਭਾਈ ਸ਼ਾਹਰਾਂ ਨੂੰ, ਕਿਹਾ ਸ਼ਾਈਆ ਦਵਾਈ ਉਹਨੇ ਦਿੱਤੀ ਹੈ, ਸ਼ਾਹਰਾਂ ਵੇਖ ਕੇ ਕਿਹਾ ਗਿਆ ਦਵਾਈ ਠੀਕ ਨਹੀਂ ਹੈ ਅਤੇ ਵਾਪਸ ਲੈ ਜਾ ਉਹਦੇ ਕੋਲ, ਤਾਂ ਉਹਨੂੰ ਕਹਿ ਕੇ ਬੱਚੇ ਨੂੰ ਸ਼ਾਹ ਜੀ ਮਿਸ਼ਾਹਰਾਂ ਨੇ ਕਿਹਾ ਕਿ ਬੱਚੇ ਨੂੰ ਇਸ ਤਰ੍ਹਾਂ ਚੈੱਕ ਕਰ, ਜਿਵੇਂ ਅਸੀਂ ਬੱਚੇ ਨੂੰ ਖਿਡਾਉਂਦੇ ਨਹੀਂ ਪਿਆਰ ਨਾਲ, ਇਸ ਤਰ੍ਹਾਂ ਕਰੀਦਾ। ਉਹਨੇ ਕਿਹਾ ਬੱਚੇ ਨੂੰ ਇਸ ਤਰ੍ਹਾਂ ਚੈੱਕ ਕਰ, ਉਹਨੇ ਜਾ ਕੇ ਕਿਹਾ ਕਿ ਸ਼ਾਹਰਾਂ ਨੇ ਕਿਹਾ ਕਿ ਦਵਾਈ ਠੀਕ ਨਹੀਂ, ਤੁਸੀਂ ਬੱਚੇ ਨੂੰ ਇੰਝ ਚੈੱਕ ਕਰੋ। ਉਹਨੇ ਡਾਕਟਰ ਗੁਲਜ਼ਾਰ ਗੋਲਡਮੈਨ ਸਪੈਸ਼ਲਿਸਟ ਗੁਜਾਲੇ ਜੋ ਚਾਈਲਡ ਸਪੈਸ਼ਲਿਸਟ, ਉਹਨੇ ਬੱਚੇ ਨੂੰ ਵੇਖਿਆ, ਉਹਨੇ ਵੇਖ ਕੇ ਪਰਚੀ ਪਹਿਲੀ ਪਾੜ ਦਿੱਤੀ, ਨਵੀਆਂ ਦਵਾਈਆਂ ਲੈ ਕੇ ਦੇ ਦਿੱਤੀ। ਉਹਨੇ ਆ ਕੇ ਸ਼ਾਹਰਾਂ ਨੂੰ, ਭਾਈ ਸ਼ਾਹਰਾਂ ਕਿਹਾ ਠੀਕ ਹੈ, ਉਹਨੇ ਕਿਹਾ ਸ਼ਾਹ ਜੀ ਦੱਸੋ ਸਹੀ ਪ੍ਰੋਬਲਮ ਕੀ ਸੀ, ਤੁਸੀਂ ਆਪ ਹੀ ਦਵਾਈ ਦੇਣੀ ਹੈ? ਉਹਨੇ ਕਿਹਾ ਨਹੀਂ ਮੈਂ ਦਵਾਈ ਨਹੀਂ ਸਾਂ ਦੇ ਸਕਦਾ, ਦਵਾਈ ਉਹਨੇ ਹੀ ਦੇਣੀ, ਲੇਕਿਨ ਉਹਨੇ ਨਹੀਂ ਸਹੀ 'ਚ ਆਇਆ ਕਿ ਇਹਨੂੰ ਕੀ ਹੈ, ਉਹ ਮੈਂ ਦੱਸਿਆ। ਉਹਨੇ ਕਿਹਾ ਸ਼ਾਹ ਜੀ ਕੀ ਮਸਲਾ? ਉਹਨੇ ਕਿਹਾ ਬੱਚੇ ਦੇ ਸਿਰ ਦੇ ਬੈਕ ਸਾਈਡ 'ਤੇ ਨਾ ਪਾਣੀ ਸੀ, ਅਤੇ ਪਾਣੀ
ਕੁਝ ਜ਼ਿਆਦਾ ਨਹੀਂ ਸੀ ਹੈ, ਕੋਈ ਲੀਡਰ ਪਾਣੀ ਨਹੀਂ ਸੀ ਹੈ ਜਿਹੜਾ ਛਿਲਕੇਗਾ ਤੁਹਾਨੂੰ ਪਤਾ ਚੱਲੇਗਾ। ਉਹਨੇ ਕਿ ਜਦੋਂ ਇਸ ਤਰ੍ਹਾਂ ਕਰੀਦਾ ਤਾਂ ਪਾਣੀ ਹਿਲਦਾ ਅਤੇ ਅਸੀਂ ਮਹਿਸੂਸ ਕੀਤਾ ਕਿ ਉਹ ਪਾਣੀ ਹੈ। ਹੁਣ ਇਹ ਚੀਜ਼ ਕਿ ਉਹ ਡਾਕਟਰ ਮਹਿਸੂਸ ਕੀਤਾ ਕਿ ਇਹਦੇ ਸਿਰ 'ਚ ਪਾਣੀ, ਬਾਕੀ ਜਿਹੜਾ ਨਾ ਬੱਚੇ ਨੂੰ ਖੜਾਇਆ ਨਹੀਂ ਪਤਾ ਚੱਲਦਾ, ਇਸ ਤਰ੍ਹਾਂ ਹੀ ਅੱਖ ਨੂੰ ਤੁਸੀਂ ਮਹਿਸੂਸ ਕਰੋਗੇ ਉਹਦੇ 'ਚ ਪਾਣੀ। ਇਹ ਤੁਹਾਨੂੰ ਮੈਂ ਮਿਸਾਲ ਦਿੱਤੀ ਹੈ। ਬਾਕੀ ਭਰਾ ਜੀ ਤੁਸੀਂ ਇੱਕ ਹੋਰ ਗੱਲ ਹੈ ਕਿ 90% ਬਲਕਿ 99% ਲੋਕਾਂ ਕੋਲ ਅਸੀਲ ਮੁਰਗ ਨੇ ਅਤੇ ਹਰ ਬੰਦੇ ਕੋਲ ਲੈਦਾ ਕੈਟਾਗਰੀ ਹੈ ਅਤੇ ਇਖਤਲਾਫ ਨਾ ਕਰਿਆ ਕਰੋ। ਹਰ ਬੰਦੇ ਦੀ ਆਪਣੀ ਚੋਇਸ ਹੈ, ਤੁਹਾਡੀ ਆਪਣੀ ਚੋਇਸ ਹੈ, ਮੇਰੀ ਆਪਣੀ ਹੈ। ਤੁਹਾਡੇ ਕੋਲ ਮੇਰੇ ਨਾਲੋਂ ਅੱਛੇ ਜਾਨਵਰ ਨੇ, ਮੇਰੇ ਨਾਲੋਂ ਜ਼ਿਆਦਾ ਖੂਬਸੂਰਤ ਜਾਨਵਰ ਤੁਹਾਡੇ ਲੋਕਾਂ ਕੋਲ। ਮੈਂ ਵੇਖਦਾ ਫੇਸਬੁੱਕ 'ਤੇ ਬੜੇ ਬੜੇ ਖੂਬਸੂਰਤ ਜਾਨਵਰ ਲਾਏ ਹੁੰਦੇ ਨੇ ਮੁਖਤਲਿਫ ਆਈ ਡੀ ਦੇ ਨਾਂ 'ਤੇ। ਹੁਣ ਮੈਂ ਨਾਂ ਲਾਂਗਾ ਤਾਂ ਫਿਰ ਮਿਸ ਹੋ ਜਾਏਗਾ ਤਾਂ ਉਹ ਅੱਛਾ ਨਹੀਂ, ਸ਼ਾਇਦ ਉਹ ਸਮਝੇ ਕਿ ਮੇਰਾ ਨਾਂ ਲੈਣਾ ਪਸੰਦ ਨਹੀਂ ਕੀਤਾ। ਬਹੁਤ ਅੱਛੇ ਜਾਨਵਰ ਨੇ ਤੁਹਾਡੇ। ਮੈਂ ਵੇਖਦਾ ਕੋਸ਼ਿਸ਼ ਵੀ ਕਰੀਦੀ ਕਿ ਥੱਲੇ ਕੁਛ ਛੋਟਾ ਮੋਟਾ ਕਮੈਂਟ ਕਰ ਦੇਈਦਾ, ਲੇਕਿਨ ਮੈਂ ਬਹੁਤ ਘੱਟ ਵੇਖਦਾ ਇਹਦੇ ਵਾਸਤੇ। ਅਤੇ ਬਿਲਾ ਵਜ੍ਹਾ ਇਖਤਲਾਫ ਨਾ ਕਰਿਆ ਕਰੋ ਕਿ ਜਿਵੇਂ ਦਾ ਤੂੰ ਕਹਾਉਣਾ ਤਾਂ ਮੈਂ ਖਾਬ ਖਾ, ਐਵੇਂ ਖਾਬ ਖਾ ਇਖਤਲਾਫ ਨਾ ਕਰੋ। ਇਹ ਦੇਖੋ ਕਿ ਨੈੱਟ ਦੇ ਆਉਣ ਨਾਲ ਸਾਡਾ ਇੱਕ ਦੂਸਰੇ ਨਾਲ ਰਾਬਤਾ ਹੋ ਗਿਆ, ਜ਼ਿਲ੍ਹੇ ਦੂਸਰੇ ਜ਼ਿਲ੍ਹੇ ਜਾਂ ਦੂਸਰੇ ਇਲਾਕੇ ਦੂਸਰੇ ਮੁਲਕ ਹੈ, ਸਾਨੂੰ ਚਾਹੀਦਾ ਇੱਕ ਦੂਸਰੇ ਨਾਲ ਪਿਆਰ ਕਰਨਾ, ਤਾਲਾ ਵਧਾਉਣਾ, ਅੱਛੀਆਂ ਗੱਲਾਂ ਕਰਨਾ, ਅਤੇ ਖਾਬ ਖਾ ਦਾ ਇਖਤਲਾਫ ਨਾ ਕਰਿਆ ਕਰੋ। ਅਤੇ ਮੇਰਾ ਤੁਹਾਡੇ ਨਾਲ ਕਿਸੇ ਨਾਲ ਵੀ ਕੋਈ ਇਖਤਲਾਫ ਨਹੀਂ, ਔਰ ਮੈਂ ਸਮਝਦਾ ਕਿ ਜਿੰਨੇ ਵੀ ਲੋਕ ਲਾਉਂਦੇ ਨੇ ਉਹ ਬੱਚਾ ਹੈ ਕੋਈ ਅੱਛਾ ਜਾਨਵਰ ਨਾ ਲਾਏ, ਨਹੀਂ ਤਾਂ ਜਿਸ ਬੰਦੇ ਨੇ ਵੀ ਜਾਨਵਰ ਨੇੜੇ ਲਾਏ ਨੇ 90% ਅੱਛੇ ਜਾਨਵਰ ਲਾਏ। ਬਾਕੀ ਭਾਈ ਤਾਰਕ ਹੁਣ ਪਤਾ ਨਹੀਂ ਕੀ ਕਹਿਣਾ ਚਾਹੁੰਦੇ ਨੇ। ਸਲਾਮ ਅਲੈਕੁਮ ਜੀ। ਅਤੇ ਜੋ ਕਹਿਣਾ ਸੀ ਉਹ ਭਾਈ ਰਾਣਾ ਸਾਹਿਬ ਨੇ ਕਹਿ ਦਿੱਤਾ। ਬਸ ਇੱਕ ਮੇਰੇ ਕੋਲ ਉਹਨੂੰ ਬੇਸਿਕਲੀ ਸਵਾਲ ਇੱਕ ਪੁੱਛਿਆ ਗਿਆ ਸੀ ਜੀ ਕਿ ਪੁੱਛਿਆ ਜਾਏ ਕਿ ਅੱਖ ਕਿਹੋ ਜਿਹੀ ਹੋਣੀ ਚਾਹੀਦੀ, ਅਤੇ ਅੱਖ ਦੀ ਡੈਫੀਨੇਸ਼ਨ ਮੇਰਾ ਖਿਆਲ 19 ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਅਤੇ ਡੈਮੋ ਦੇ ਤੌਰ ਦੇ ਉੱਤੇ ਇੱਕ ਭਾਈ ਹੋਰਾਂ ਨੂੰ ਕਿਹਾ ਸੀ ਕਿ ਇਹ ਥੋੜ੍ਹੀ ਜਿਹੜਾ ਨਾ ਥੋੜ੍ਹਾ ਜ਼ੂਮ ਕਰੋ ਔਰ ਇਹ ਉਹਨਾਂ ਨੂੰ ਔਰ ਮੇਰਾ ਅੱਗੋਂ ਉਹਨਾਂ ਨਾਲ ਜ਼ਿੱਦ ਬਹਿਸ ਵਾਲਾ ਨਹੀਂ, ਇੱਕ ਵੈਸੇ ਇੱਕ ਸਵਾਲ ਹੈ ਉਹਨਾਂ 6 ਮਹੀਨੇ ਦਾ ਬੱਚਾ ਹੈ ਕਿ ਹੁਣ ਇਹਦੀ ਅੱਖ ਦੇਖੋ, ਹੁਣ ਹੁਣ ਇਹ ਦੱਸੋ ਮੈਨੂੰ ਦੱਸੋਗੇ ਇਹ ਕੀ ਚੀਜ਼ ਹੈ। ਔਰ ਕਲੋਜ਼ ਦਾ ਤੁਸੀਂ ਹੁਣ ਆਪਣੀ ਯਾਨੀ ਕਿ ਅਕਲ ਦੇ ਨਾਲ, ਆਪਣੀ ਸਮਝ ਦੇ ਨਾਲ, ਆਪਣੀ ਬੂਝ ਦੇ ਨਾਲ ਮੈਨੂੰ ਉਨਾ ਸਮਝਾ ਦਿਓਗੇ ਕੀ ਚੀਜ਼। ਅਸਲ ਜੇ ਜਾਨਵਰ ਜਿਹੜਾ ਨਾ ਜਿਵੇਂ ਜਿਵੇਂ ਉਮਰ 'ਚ ਜਾਂਦਾ ਨਾ ਉਹਦੀ ਅੱਖ ਜ਼ਿਆਦਾ ਸਾਫ਼ ਹੁੰਦੀ ਹੈ, ਉਹਦੀਆਂ ਹੱਡੀਆਂ ਵੀ ਮਜ਼ਬੂਤ ਹੁੰਦੀਆਂ। ਇਹਨਾਂ ਦੇ ਜਾਨਵਰ ਜਿਹੜਾ ਕੱਦ ਦੇ ਅਕਸਰੀਏ ਜੇ ਜਾਨਵਰ 1.5 ਸਾਲ ਤੱਕ ਕਰਦੇ ਨੇ, ਕੁਝ ਜਾਨਵਰ ਸਾਲ ਤੱਕ ਰੋਕ ਜਾਂਦੇ ਨੇ, ਕੁਝ 1.5 ਸਾਲ ਤੱਕ ਕਰਦੇ ਨੇ। ਔਰ ਉਹਦੀਆਂ ਹੱਡੀਆਂ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ 2-3 ਸਾਲ ਤੱਕ ਹੱਡੀਆਂ ਉਹਦੀਆਂ ਬਣਦੀਆਂ ਰਹਿੰਦੀਆਂ ਨੇ। ਔਰ 3 ਸਾਲ ਦੇ ਜਾਨਵਰ ਦੀਆਂ ਹੱਡੀਆਂ 2 ਸਾਲ ਦੇ ਜਾਨਵਰ ਦੀ ਹੱਡੀ 'ਚ ਫਰਕ ਆਉਂਦਾ, ਤੁਸੀਂ ਰੱਖਦੇ ਤੁਹਾਨੂੰ ਆਪ ਪਤਾ। ਅੱਲਾ ਹਾਫਿਜ਼।